ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ। ਦੋਸਤੋ, ਅੱਜ ਇਹਨਾਂ ਬਦਨਸੀਬ ਪੂਰਬੀਆਂ ਦੀ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੇ ਖਾੜਕੂਵਾਦ ਵੇਲੇ ਵਿਚਾਰੇ ਵੈਸੇ ਹੀ ਮਾਰੇ ਗਏ। ਇਹਨਾਂ ਦਾ 1% ਵੀ ਰੋਲ ਨਹੀਂ ਸੀ ਕਿਸੇ ਖਾੜਕੂਵਾਦ ਦੀ ਘਟਨਾਵਾਂ ਵਿੱਚ ਜਾਂ ਕਿਸੇ ਐਕਸ਼ਨ ਵਿੱਚ। ਸੋ ਵੀਡੀਓ ਅੱਜ ਦੀ ਬੜੀ ਦਿਲਚਸਪ ਹੋਣ ਵਾਲੀ ਹੈ ਜੀ, ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਭਾਊ ਦਲਜੀਤ ਸਿੰਘ ਲਿਖਦੇ ਨੇ, ਕਹਿੰਦੇ ਵੀ ਇਹ ਵਾਕਿਆ ਉਹਨਾਂ ਵੇਲਿਆਂ ਦਾ ਹੈ ਜਦੋਂ ਮੁਗਲਾਂ ਅੰਗਰੇਜ਼ਾਂ ਦੇ ਜ਼ਮਾਨਿਆਂ ਵਾਂਗ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਦਿੱਲੀ ਹਕੂਮਤ ਸਿੱਖ ਸੰਘਰਸ਼ ਨੂੰ ਦਬਾਉਣ ਲਈ ਪੂਰਾ ਜ਼ੋਰ ਲਾ ਰਹੀ ਸੀ। ਸਿੰਘਾਂ ਦੇ ਜਥੇ ਛਿੱਤੇ ਪੈ ਰਹੇ ਸਨ। ਇੱਕ ਗੀਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਸ ਵੇਲੇ ਦੀ ਔਖੀ ਹਾਲਤ ਨੂੰ ਬਿਆਨ ਕਰਦਾ ਸੀ। ਇਹ ਕਹਾਣੀ ਕਹਿੰਦੇ ਵੀ ਮੈਨੂੰ ਨਾਭੇ ਜੇਲ੍ਹ ਵਿੱਚ ਸੰਘਰਸ਼ ਦੇ ਹਮਾਇਤੀ ਸਿੰਘ ਨੇ ਸੁਣਾਈ ਸੀ, ਜੋ ਸਿੰਘਾਂ ਨੂੰ ਠਾਰ ਦੇਣ ਕਰਕੇ ਜੇਲ੍ਹ ਵਿੱਚ ਸੀ। ਇਹ ਸਿੰਘ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਥਾਣੇ ਵਿੱਚ ਹੀ ਕਈ ਮਹੀਨਿਆਂ ਤੱਕ ਬੰਦ ਰਿਹਾ ਸੀ। ਕਾਫੀ ਭੱਜਣਾਸ ਮਗਰੋਂ ਉਹਦੇ ਘਰਦਿਆਂ ਦਾ ਜ਼ੋਰ ਪੈ ਗਿਆ। ਬਿਨਾਂ ਜੁਰਮ ਤੋਂ ਜੁਰਮਾਨਾ ਭਰ ਕੇ ਵੀ ਉਹ ਇਸੇ ਗੱਲ ਨੂੰ ਹੀ ਗਣੀਮਤ ਸਮਝਦੇ ਸਨ ਕਿ ਪੁਲਿਸ ਵਾਲੇ ਉਹਨਾਂ ਦੇ ਬੰਦੇ ਨੂੰ ਕੋਈ ਮੁਕੱਦਮਾ ਪਾ ਕੇ ਜੇਲ੍ਹ ਭੇਜ ਦੇਣ। ਜਦੋਂ ਉਹ ਸਿੰਘ ਥਾਣੇ ਵਿੱਚ ਬੰਦ ਸੀ ਤਾਂ ਉਹਨੇ ਉੱਥੇ ਬਹੁਤ ਕੁਝ ਵੇਖਿਆ ਸੀ, ਆਪਣੇ ਵਾਂਗੂ ਆਏ ਹੋਰਾਂ ਤੋਂ ਸੁਣਿਆ ਵੀ ਸੀ ਅਤੇ ਕਈ ਵਾਰ ਪੁਲਿਸ ਵਾਲੇ ਬੰਦੇ ਨੂੰ ਡਰਾਉਣ ਲਈ ਵੀ ਕਿਸੇ ਦੇ ਹਾਲ ਦਾ ਹਵਾਲਾ ਦੇ ਦਿੰਦੇ ਸਨ। ਉਸ ਦੇ ਉੱਤੇ ਵੀ ਤਸ਼ੱਦਦ ਹੋਇਆ ਸੀ, ਪਰ ਉਹ ਕਿਸੇ ਫੌਜੀ ਅਧਿਕਾਰੀ ਦਾ ਰਿਸ਼ਤੇਦਾਰ ਸੀ, ਇਸ ਕਰਕੇ ਉਹਦੀ ਜਾਨ ਬਚੀ ਰਹੀ ਅਤੇ ਦੂਜਿਆਂ ਨਾਲੋਂ ਥੋੜ੍ਹਾ ਫਰਕ ਵੀ ਰਿਹਾ। ਉਂਝ ਵੀ ਉਹਦਾ ਕਿਸੇ ਕੰਮ ਵਿੱਚ ਹੱਥ ਨਹੀਂ ਸੀਗਾ, ਸਿਰਫ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਸੀ ਉਹਨੇ, ਪਰ ਉਹਨਾਂ ਵੇਲਿਆਂ ਵਿੱਚ ਮਾਰਨ ਲਈ ਤਕਾਏ ਗਏ ਬੰਦੇ ਦਾ ਗੁਨਾਹ ਪੁੱਛਿਆ ਨਹੀਂ ਸੀ ਜਾਂਦਾ। ਉਹ ਸਿੰਘ ਨੇ ਉਹ ਥਾਣੇ ਦੇ ਉਸ ਵੇਲੇ ਦੇ ਥਾਣੇਦਾਰ ਦਾ ਨਾਂ ਵੀ ਦੱਸਿਆ ਸੀ, ਪਰ ਮੈਨੂੰ ਹੁਣ ਭੁੱਲ ਗਿਆ ਹੈ। ਇੱਕ ਗੱਲ ਜਿਹੜੀ ਮੈਨੂੰ ਨਹੀਂ ਭੁੱਲੀ, ਉਹ ਉਹਨੂੰ ਵੀ ਵਾਰ ਵਾਰ ਚੇਤੇ ਆਉਂਦੀ ਸੀ। ਉਸ ਥਾਣੇ ਵਿੱਚ ਕੁਝ ਗਰੀਬ ਬੰਦੇ ਸਨ ਜੋ ਸਾਬਤ ਸੂਰਤ ਸਨ। ਉਹਨਾਂ ਦੇ ਬੋਲਣ ਤੋਂ ਪਤਾ ਲੱਗਦਾ ਸੀ ਕਿ ਉਹ ਪੰਜਾਬ ਦੇ ਨਹੀਂ ਹੈਗੇ। ਉਹ 6 ਜਣੇ ਸਨ, ਉਹਨਾਂ ਨੂੰ ਇਕੱਠੀ ਰੱਖਿਆ ਹੋਇਆ ਸੀ। ਉਹਨਾਂ ਵਿੱਚੋਂ 3 ਜਣੇ ਬਿਹਾਰ ਦੇ ਜ਼ਿਲ੍ਹੇ ਕਟਿਹਾਰ ਦੇ ਕਿਸੇ ਇੱਕੋ ਪਿੰਡ ਦੇ ਸਨ। ਉਹ ਝੋਨੇ ਦੀ ਲਵਾਈ ਸਮੇਂ ਪੰਜਾਬ ਆਏ ਸਨ। ਬਿਨਾਂ ਟਿਕਟ ਸਫ਼ਰ ਕਰਨ ਦੇ ਦੋਸ਼ ਵਿੱਚ ਕਿਸੇ ਨੇਮਾਂ ਦੇ ਪੱਕੇ TTE ਨੇ ਉਹਨਾਂ ਨੂੰ ਥਾਣੇ ਭੇਜ ਦਿੱਤਾ ਸੀ। ਲਗਭਗ 2 ਮਹੀਨਿਆਂ ਤੋਂ ਇੱਥੇ ਹੀ ਬੰਦ ਸਨ ਉਹ। ਇਹ ਸਾਰੇ ਹੀ ਜਵਾਨ ਉਮਰ ਦੇ ਸਨ। ਸਭ ਤੋਂ ਵੱਡੀ ਉਮਰ ਵਾਲਾ 30 ਕੁ ਸਾਲ ਦਾ ਸੀ। 2 ਹੋਰ ਜਣੇ ਪੂਰਬੀ UP ਤੋਂ ਸਨ ਜਿਹੜੇ ਕਈ ਸਾਲਾਂ ਤੋਂ ਪੰਜਾਬ ਆਉਂਦੇ ਜਾਂਦੇ ਸਨ। ਉਹ ਆਪਸੀ ਲੜਾਈ ਦੇ ਕਾਰਨ ਇੱਥੇ ਫੜੇ ਹੋਏ ਸਨ। ਉਹਨਾਂ ਵਿੱਚੋਂ ਇੱਕ ਅਧਖੜ ਉਮਰ ਦਾ ਬਿਹਾਰੀ ਸੀ ਜੋ ਚੋਰੀ ਕਰਨ ਕਰਕੇ ਫੜਿਆ ਹੋਇਆ ਸੀ। ਇਹਨਾਂ ਸਾਰਿਆਂ ਨੂੰ ਪੁਲਿਸ ਵਾਲਿਆਂ ਨੇ ਇਕੱਠੇ ਹੀ ਰੱਖਿਆ ਹੋਇਆ ਸੀ। ਇਹਨਾਂ ਨੂੰ ਕਈ ਮਹੀਨਿਆਂ ਤੋਂ ਫੜਿਆ ਹੋਇਆ ਸੀ। ਉਹਨਾਂ ਦੇ ਦਾੜੀ ਕੇਸ ਵੱਧ ਗਏ ਸਨ, ਇਸ ਕਰਕੇ ਸ਼ਕਲੋਂ ਉਹਨਾਂ ਦਾ ਪਤਾ ਨਹੀਂ ਸੀ ਲੱਗਦਾ। ਉਹ ਸਾਰਾ ਦਿਨ ਥਾਣੇ ਦਾ ਸਾਰਾ ਕੰਮ ਕਰਦੇ ਸਨ ਅਤੇ ਰਾਤ ਨੂੰ ਪੁਲਿਸ ਵਾਲੇ ਉਹਨਾਂ ਨੂੰ ਹਵਾਲਾਤ ਵਿੱਚ ਬੰਦ ਕਰ ਦਿੰਦੇ ਸਨ। ਸਵੇਰੇ ਚਾਹ ਵੇਲੇ ਤੋਂ ਹੀ ਉਹਨਾਂ ਨੂੰ ਕੰਮ ਲਈ ਬਾਹਰ ਕੱਢ ਲਿਆ ਜਾਂਦਾ। ਸੰਘਰਸ਼ ਨਾਲ ਸੰਬੰਧਿਤ ਬੰਦਿਆਂ ਦੀ ਕੁੱਟਮਾਰ ਕਰਦੇ ਸਨ, ਪਰ ਇਹਨਾਂ ਨੂੰ ਕੁਝ ਨਹੀਂ ਸੀ ਕਹਿੰਦੇ। ਉਹ ਸਿੰਘ ਦੇ ਦੱਸਣ ਅਨੁਸਾਰ ਇਹ ਬੰਦੇ ਵੀ ਰੋਜ਼ ਹੋਣ ਵਾਲੀ ਕੁੱਟਮਾਰ ਅਤੇ ਚੀਕਾਂ ਤੋਂ ਬਹੁਤ ਪਰੇਸ਼ਾਨ ਹੁੰਦੇ ਸਨ। ਕਈ ਵਾਰ ਪੁਲਿਸ ਵਾਲੇ ਕਿਸੇ ਖਾਸ ਫੜੇ ਬੰਦਿਆਂ ਤੋਂ ਵੱਖ ਰੱਖਣ ਲਈ ਉਹ ਸਿੰਘਾਂ ਨੂੰ ਵੀ ਇਹਨਾਂ ਗਰੀਬ ਮਜ਼ਦੂਰਾਂ ਨਾਲ ਬੰਦ ਕਰ ਦਿੰਦੇ ਸਨ। ਇਸ ਕਰਕੇ ਉਹਨਾਂ ਦਾ ਉਸ ਦਾ ਲਗਾਅ ਹੋ ਗਿਆ ਉਹਨਾਂ ਨੂੰ। ਇਹ ਸਾਰੇ ਆਪਣੇ ਦੇਸ਼ ਅਤੇ ਘਰਾਂ ਬਾਰੇ ਬਹੁਤ ਫਿਕਰਮੰਦ ਸਨ। ਉਹ ਲੋਕ ਤਾਂ ਆਪਣੇ ਇਲਾਕਿਆਂ ਦੀ ਪੁਲਿਸ ਤੋਂ ਵੀ ਡਰਨ ਵਾਲੇ ਸਨ। ਪੰਜਾਬ ਪੁਲਿਸ ਦਾ ਭਿਆਨਕ ਰੂਪ ਵੇਖ ਵੇਖ ਉਹਨਾਂ ਨੂੰ ਇੰਨਾ ਡਰ ਲੱਗਦਾ ਸੀ ਕਿ ਉਹ ਪੁਲਿਸ ਵਾਲਿਆਂ ਦੇ ਹੁਕਮ 'ਤੇ ਮਸ਼ੀਨਾਂ ਵਾਂਗ ਕੰਮ ਕਰਦੇ ਰਹਿੰਦੇ। ਉਹਨਾਂ ਨੇ ਡਰਦਿਆਂ ਡਰਦਿਆਂ ਕਈ ਵਾਰ ਮੁਨਸ਼ੀ ਅਤੇ ਥਾਣੇਦਾਰ ਨੂੰ ਫਰਿਆਦ ਕੀਤੀ ਕਿ ਜਾਂ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇ ਜਾਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਬਹੁਤੀ ਵਾਰ ਉਹਨਾਂ ਨੂੰ ਝਿੜਕਾਂ ਪੈਂਦੀਆਂ ਸਨ, ਕਦੇ ਉਹਨਾਂ ਦੀ ਗੱਲ ਨੂੰ ਪੁਲਿਸ ਵਾਲੇ ਹਾਸੇ ਮਖੌਲ ਵਿੱਚ ਵੀ ਟਾਲ ਛੱਡਦੇ। ਇੱਕ ਬਦਨਾਮ ASI ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਜੇਲ੍ਹ ਨਹੀਂ ਸਗੋਂ ਬਹੁਤ ਵਧੀਆ ਥਾਂ ਭੇਜਾਂਗੇ, ਤੁਸੀਂ ਸਾਨੂੰ ਅਸੀਸਾਂ ਦਿਓਗੇ। ਉਹਨਾਂ ਨੇ ਇਹ ਗੱਲ ਮਜ਼ਾਕ ਸਮਝ ਲਈ। ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਸੋਚਿਆ ਅਤੇ ਪੁਲਿਸ ਵਾਲੇ ਆਪਣੇ ਹਿਸਾਬ ਨਾਲ ਕਹਿ ਰਹੇ ਸਨ।
ਉਹਨਾਂ ਵੇਲਿਆਂ ਵਿੱਚ ਕੋਈ ਵੀ ਹਵਾ ਲਾਤੀ ਥਾਣੇ ਦੇ ਮਾਹੌਲ ਵਿੱਚ ਦਖਲ ਅੰਦਾਜ਼ੀ ਨਹੀਂ ਸੀ ਕਰਦਾ। ਉਦੋਂ ਸਭ ਦੀ ਮਾਨਸਿਕਤਾ ਅਜਿਹੀ ਹੁੰਦੀ ਸੀ ਵੀ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਜਾਵੇ। ਉੱਥੇ ਇੱਕ ਰਾਤ ਸਹੀ ਸਲਾਮਤ ਗੁਜ਼ਰਨੀ ਵੀ ਜ਼ਿੰਦਗੀ ਦੀ ਵੱਡੀ ਨਿਆਮਤ ਸਕਦੀ ਸੀ। ਥਾਣਿਆਂ ਵਿੱਚ ਖਾਣਾ ਪੁਲਿਸ ਵਾਲਿਆਂ ਲਈ ਤਾਂ ਬਹੁਤ ਸਵਾਦ ਹੁੰਦਾ ਹੈ, ਪਰ ਫੜੇ ਹੋਏ ਬੰਦੇ ਨੂੰ ਨਾ ਹੀ ਸਵਾਦ ਲੱਗਦਾ ਹੈ ਅਤੇ ਨਾ ਹੀ ਉਦੋਂ ਰੋਟੀਆਂ ਸੌਖੀਆਂ ਬੰਦੇ ਦੇ ਸੰਘੋ ਹੇਠਾਂ ਲੰਘਦੀਆਂ ਨੇ। ਬੇਕਸੂਰ ਫੜੇ ਲੋਕਾਂ ਲਈ ਇਹ ਬਹੁਤ ਬੁਰਾ ਵਕਤ ਹੁੰਦਾ। ਇਹਨਾਂ ਗਰੀਬਾਂ ਨੇ ਜਦੋਂ ਥਾਣੇਦਾਰ ਨੂੰ ਕਿਹਾ ਕਿ ਉਹਨਾਂ ਨੂੰ ਦਾੜ੍ਹੀ ਕੇਸ ਕਟਾਉਣ ਲਈ ਤਾਂ ਮੌਕਾ ਦਿਓ, ਅਤੇ ਅੱਗੇ ਉਹ ਹੱਸ ਕੇ ਕਹਿਣ ਲੱਗਾ ਵੀ ਤੁਹਾਨੂੰ ਪਤਾ ਨਹੀਂ ਅੱਜ ਕੱਲ੍ਹ ਸਿੰਘਾਂ ਦਾ ਹੁਕਮ ਚੱਲਦਾ ਹੈ, ਜਿਹਦੇ ਵੀ ਦਾੜ੍ਹੀ ਕੇਸ ਕੱਟੇ ਹੋਣ ਗੋਲੀ ਮਾਰ ਦਿੰਦੇ ਨੇ। ਇਸ ਕਰਕੇ ਦਾੜ੍ਹੀ ਕੇਸ ਰੱਖਣੇ ਲਾਜ਼ਮੀ ਨੇ, ਤੁਹਾਡੀ ਇਸੇ ਗੱਲ ਵਿੱਚ ਹੀ ਭਲਾ ਹੈ ਤੁਹਾਡਾ, ਕਹਿੰਦਾ। ਉਹਨਾਂ ਵਿਚਾਰਿਆਂ ਨੇ ਮੁੜ ਕੇ ਕਦੀ ਇਹਦੇ ਬਾਰੇ ਪੁੱਛਿਆ ਵੀ ਨਹੀਂ ਹੈਗਾ। ਉਸ ਸਿੰਘ ਨੇ ਆਪਣੇ ਬਾਰੇ ਦੱਸਿਆ, ਕਹਿੰਦਾ ਵੀ ਮੈਨੂੰ ਉੱਥੇ ਵਿਹਲੇ ਬੈਠ ਪੁਲਿਸ ਦੀਆਂ ਰੋਟੀਆਂ ਖਾਣਾ ਬਹੁਤ ਬੁਰਾ ਲੱਗਦਾ ਸੀ ਅਤੇ ਬਿਨਾਂ ਗੱਲ ਤੋਂ ਹਵਾਲਾਤ ਵਿੱਚ ਬੰਦ ਰਹਿਣਾ ਹੋਰ ਵੀ ਤੰਗ ਕਰਦਾ ਸੀ, ਪਰ ਉਹਨਾਂ ਬੰਦਿਆਂ ਨਾਲ ਮੇਰਾ ਦਿਲ ਲੱਗਣ ਲੱਗ ਪਿਆ ਸੀ। ਉਹਨਾਂ ਬਾਰੇ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਉਹਨਾਂ ਦਾ ਸਰੂਪ ਪਹਿਲਾਂ ਕਿਹੋ ਜਿਹਾ ਸੀ। ਮਿਹਨਤ ਕਰਨ ਕਰਕੇ ਵੀ ਅਤੇ ਸਰੂਪ ਕਰਕੇ ਵੀ ਮੈਨੂੰ ਉਹ ਚੰਗੇ ਲੱਗਦੇ ਸਨ। ਉਹਨਾਂ ਵਿੱਚ ਇੱਕ ਪ੍ਰਭਾਤ ਨਾਂ ਦੇ ਨੌਜਵਾਨ ਨੇ ਜਪ ਨਿਸ਼ਾਨ ਜਪਜੀ ਸਾਹਿਬ ਦੀਆਂ ਕੁਝ ਪੌੜੀਆਂ ਵੀ ਯਾਦ ਕਰ ਲਈਆਂ ਸਨ। ਉਹ ਕਈ ਵਾਰ ਮੈਨੂੰ ਬੋਲ ਕੇ ਪਾਠ ਕਰਨ ਲਈ ਕਹਿੰਦਾ। ਇਸ ਤਰ੍ਹਾਂ ਹੀ ਦਿਨ ਬੀਤਦੇ ਗਏ। ਇੱਕ ਦਿਨ ਖਾੜਕੂਆਂ ਨੇ ਖੰਨਾ ਪੁਲਿਸ 'ਤੇ ਘਾਤ ਲਾ ਕੇ ਹਮਲਾ ਕੀਤਾ ਅਤੇ ਕੁਝ ਬੰਦੇ ਮਾਰ ਦਿੱਤੇ ਅਤੇ ਕੁਝ ਫੱਟੜ ਹੋ ਗਏ। ਥਾਣੇ ਵਿੱਚ ਆਵਾਜਾਈ ਬਹੁਤ ਹੋ ਗਈ ਅਤੇ ਬੰਦਿਆਂ ਦੀ ਫੜੋਫੜੀ ਵੀ ਬਹੁਤ ਹੋਈ। ਅਗਲੇ ਦਿਨ ਥਾਣੇਦਾਰ ਦੇ ਕਮਰੇ ਵਿੱਚ SSP ਦੇਰ ਰਾਤ ਤੱਕ ਬੈਠਾ ਸ਼ਰਾਬ ਪੀਂਦਾ ਰਿਹਾ। ਉਹਨਾਂ ਦੀਆਂ ਉੱਚੀ ਉੱਚੀ ਗੱਲਾਂ ਬਾਹਰ ਤੱਕ ਸੁਣਦੀਆਂ ਰਹੀਆਂ। ਇਸ ਤੋਂ ਬਾਅਦ ਰਾਤ 1 ਵਜੇ ਦੇ ਕਰੀਬ ਕਹਿੰਦਾ ਵੀ ਪੂਰਾ ਦਸਤਾ ਲੈ ਕੇ ਆਇਆ ਅਤੇ ਸਾਡੇ ਵਾਲੀ ਹਵਾਲਾਤ ਦੇ ਸਾਹਮਣੇ ਖਲੋ ਗਿਆ। ਮੈਂ ਚੁੱਪ ਚਾਪ ਮੂੰਹ 'ਤੇ ਚਾਦਰ ਲਈ ਪਿਆ ਰਿਹਾ ਜਿਵੇਂ ਮੈਂ ਸੁੱਤਾ ਹੋਵਾਂ। ਥਾਣੇਦਾਰ ਨੇ ਮੈਨੂੰ ਜਗਾਇਆ ਵੀ ਨਹੀਂ, ਉਹਨਾਂ ਸਾਰਿਆਂ ਨੂੰ ਉਠਾ ਕੇ ਬਾਹਰ ਕੱਢਿਆ ਅਤੇ ਉੱਧਰ ਲੈ ਗਿਆ ਜਿੱਧਰ ਉਹਦੇ ਅਫਸਰ ਬੈਠੇ ਸਨ। ਘੰਟੇ ਕੁ ਬਾਅਦ ਉਹ ਉਹਨਾਂ ਨੂੰ ਬਾਹਰ ਲੈ ਕੇ ਚਲੇ ਗਏ। ਉਹ ਸਿੰਘ ਨੇ ਅੱਗੇ ਦੱਸਿਆ ਵੀ ਮੈਂ ਸਵੇਰੇ ਜਦੋਂ ਸੰਤਰੀ ਤੋਂ ਉਹਨਾਂ ਬਾਰੇ ਪੁੱਛਿਆ ਤਾਂ ਉਹ ਕਹਿੰਦਾ ਵੀ ਉਹਨਾਂ ਸਾਰਿਆਂ ਨੂੰ ਛੱਡ ਦਿੱਤਾ ਗਿਆ। ਸੁਣ ਕੇ ਇੱਕ ਵਾਰ ਤਾਂ ਚੰਗਾ ਲੱਗਿਆ, ਪਰ ਨਾਲ ਦੀ ਨਾਲ ਮਨ ਵਿੱਚ ਸਵਾਲ ਉੱਠ ਖੜਿਆ ਕਿ ਜੇ ਛੱਡਣਾ ਸੀ ਤਾਂ ਰਾਤ ਨੂੰ ਹੀ ਕਿਉਂ। ਇੱਕ ਪਲ ਆਇਆ ਚੈਨ ਬੇਚੈਨੀ ਵਿੱਚ ਬਦਲ ਗਿਆ। ਮੇਰੀ ਬੇਚੈਨੀ ਅਗਲੇ ਦਿਨ ਇੱਕ ਹੋਰ ਸਿਪਾਹੀ ਨੇ ਦੂਰ ਕਰ ਦਿੱਤੀ ਜੋ ਮੇਰੇ ਨਾਲ ਥੋੜ੍ਹਾ ਜਿਹਾ ਲਗਾ ਰੱਖਦਾ ਸੀ। ਕਹਿੰਦਾ ਉਹਨੇ ਬੜੇ ਬੁਝੇ ਹੋਏ ਮਨ ਨਾਲ ਦੱਸਿਆ ਕਿ ਇਹ ਬੁੱਚੜ ਨੇ ਉਹਨਾਂ ਗਰੀਬ ਪਰਦੇਸੀਆਂ ਦਾ ਵੀ ਮੁਕਾਬਲਾ ਬਣਾ ਦਿੱਤਾ ਹੈ। ਅੱਜ ਦੀਆਂ ਅਖਬਾਰਾਂ ਭਰੀਆਂ ਪਈਆਂ ਨੇ ਮੁਕਾਬਲੇ ਦੀ ਚਰਚਾ ਨਾਲ। ਪੁਲਿਸ 'ਤੇ ਘਾਤ ਲਾ ਕੇ ਹਮਲਾ ਕਰਨ ਵਾਲੇ 6 ਖਾੜਕੂ ਸਖ਼ਤ ਪੁਲਿਸ ਮੁਕਾਬਲੇ ਵਿੱਚ ਹਲਾਕ ਅਤੇ ਗੋਲਾ ਬਰੂਦ ਬਰਾਮਦ। ਇਹ ਸਾਰੇ ਅਣਪਛਾਤੀ ਲੱਗਦੇ ਸਨ ਜੋ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਵਿੱਚੋਂ ਆਏ ਹੋਣਗੇ। ਇਹ ਮੁਕਾਬਲੇ ਕਰਕੇ ਉਹ ASI ਛੇਤੀ ਇੰਸਪੈਕਟਰ ਵੀ ਬਣ ਗਿਆ ਅਤੇ ਉਸ ਨੂੰ ਸਨਮਾਨ ਵੀ ਮਿਲਿਆ। ਕੁਝ ਦਿਨਾਂ ਬਾਅਦ ਲਾਂਗਰੀ ਨੇ ਦੱਸਿਆ ਕਿ ਉਸ ਰਾਤ ਛੱਡ ਦਿੱਤੇ ਜਾਣ ਦੀ ਗੱਲ ਸੁਣ ਕੇ ਉਹ ਇੰਨੇ ਖੁਸ਼ ਸਨ। ਉਹਨਾਂ ਵਿਚਾਰਿਆਂ ਨੇ ਚਾਅ ਨਾਲ ਪੁਲਿਸ ਦੇ ਦਿੱਤੇ ਨਵੇਂ ਕੁੜਤੇ ਪਜਾਮੇ ਅਤੇ ਪੈਂਟਾਂ ਕਮੀਜ਼ਾਂ ਵੀ ਪਾ ਲਈਆਂ। ਉਹ ਆਪ ਖੁਸ਼ੀ ਨਾਲ ਗੱਡੀ ਵਿੱਚ ਚੜ੍ਹੇ। ਸਿੰਘ ਨੇ ਗੱਲ ਖਤਮ ਕੀਤੀ। ਉਹਨਾਂ ਦੇ ਮਨਾਂ ਵਿੱਚ ਆਖਰੀ ਮੌਕੇ ਕੀ ਖਿਆਲ ਆਏ ਹੋਣਗੇ, ਧੋਖੇਬਾਜ਼ਾਂ ਨਾਲ ਨਫ਼ਰਤ ਜਾਂ ਡਰ ਕਿ ਰਾਤ ਦੇ ਹਨੇਰੇ ਨੇ ਉਹਨਾਂ ਨੂੰ ਭਾਵਹੀਣ ਕਰ ਦਿੱਤਾ ਹੋਵੇਗਾ। ਉਹ ਥਾਣੇਦਾਰ ਅਤੇ ਮੁਨਸ਼ੀ ਜੋ ਪਹਿਲਾਂ ਹੀ ਇਹ ਤਾਕ ਵਿੱਚ ਸਨ, ਉਹ ਕਿਹੋ ਜਿਹੇ ਬੰਦੇ ਹੋਣਗੇ? ਉਹਨਾਂ ਦੇ ਮਨਾਂ ਵਿੱਚ ਉਹਨਾਂ ਦੇ ਆਖਰੀ ਪਲਾਂ ਮੌਕੇ ਕਿਹੋ ਜਿਹੇ ਖਿਆਲ ਹੋਣਗੇ? ਕੀ ਉਹ ਵੀ ਕਦੇ ਇਨਸਾਨ ਸਨ ਜੋ ਹਾਲਾਤ ਨਾਲ ਰਲ ਕੇ ਅਜਿਹਾ ਕੁਝ ਕਰੀ ਗਏ, ਜਾਂ ਉਹਨਾਂ ਬਹੁਤ ਥੋੜ੍ਹਿਆਂ ਵਿੱਚੋਂ ਹੋਣਗੇ ਜੋ ਸਦਾ ਹੀ ਇੱਦਾਂ ਦੇ ਹੀ ਹੁੰਦੇ ਨੇ? ਇੱਦਾਂ ਦੇ ਬੇਗੁਨਾਹ ਦਾ ਖੂਨ ਲਗਭਗ ਪੰਜਾਬ ਦੇ ਹਰ ਥਾਣੇ ਅਤੇ ਤਸੀਹੇ ਕੇਂਦਰ ਵਿੱਚ ਅਣਤੋਲਿਆ ਡੁੱਲਿਆ ਹੈ। ਇਹਦਾ ਕੋਈ ਲੇਖਾ ਜਾਂ ਸਬੂਤ ਨਹੀਂ ਹੈਗਾ। ਜਿਹੜੇ ਵੇਖਣ ਵਾਲੇ ਸਨ ਉਹਨਾਂ ਨੇ ਵੀ ਕੁਝ ਲਿਖਿਆ ਨਹੀਂ ਹੈਗਾ। ਕਰਨ ਵਾਲਿਆਂ ਨੇ ਤਾਂ ਐਡੇ ਗੁਨਾਹ ਦਾ ਕਬੂਲਨਾਮਾ ਕਦ ਲਿਖਣਾ ਹੈ? ਦੋਸਤੋ, ਇਹ ਸਨ ਉਹ ਵਿਚਾਰੇ ਪੂਰਬੀ ਏ, ਯਾਨੀ ਕਿ ਬਿਹਾਰੀ, ਜੋ ਇੱਥੇ ਰੋਟੀ ਕਮਾਉਣ ਆਏ ਸੀ ਪਰ ਗੋਲੀ ਦਾ ਸ਼ਿਕਾਰ ਹੋ ਕੇ ਰਹਿ ਗਏ ਖਾੜਕੂਵਾਦ ਵੇਲੇ। ਸੋ ਇਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ੍ਹ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।